ਕਾਦੀ ਆਗੂ ਜੱਸਾ ਸਿੰਘ ਬਲਟੋਆ ਜਿਹਨੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨਾਂ ਬਾਰੇ ਸਿੰਘ ਸਾਹਿਬਾਨਾਂ ਬਾਰੇ ਜੋ ਮੀਡੀਆ ਦੇ ਵਿੱਚ ਬੋਲਿਆ ਉਸ ਬਾਰੇ ਉਹਨੂੰ ਉਹ ਸਪਸ਼ਟੀਕਰਨ ਜਿਹੜਾ ਹੈ ਸਬੂਤਾਂ ਸਮੇਤ ਉਹਨੂੰ ਸੱਦਿਆ ਗਿਆ ਸੀ ਔਰ ਉਸ ਸੰਬੰਧ ਵਿੱਚ ਅੱਜ ਮਿਤੀ 30 ਅੱਸੂ ਨਾਨਕਸ਼ਾਹੀ ਸੰਮਤ 556 ਮੁਤਾਬਿਕ 15 ਅਕਤੂਬਰ 2024 ਨੂੰ ਵਿਰਸਾ ਸਿੰਘ ਬਲਟੋਹਾ ਨੇ ਪਿਛਲੇ ਦਿਨ ਹੀ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਦੇ ਹੋਏ ਮੀਡੀਆ ਕੋਲ ਕੀਤੀ ਗਈ ਗਲਤ ਬਿਆਨਬਾਜ਼ੀ ਸਬੰਧੀ ਉਸ ਦੇ ਖਿਲਾਫ਼ ਹੇਠ ਲਿਖੇ ਦੋਸ਼ ਸਾਬਤ ਹੁੰਦੇ ਨੇ। ਨੰਬਰ 1 ਸੁਖਬੀਰ ਸਿੰਘ ਬਾਦਲ ਦੇ ਮਾਮਲਿਆਂ 'ਤੇ ਸਖ਼ਤ ਫੈਸਲਾ ਕਰਨ ਲਈ BJP ਅਤੇ RSS ਵੱਲੋਂ ਜਥੇਦਾਰ ਸਾਹਿਬਾਨਾਂ 'ਤੇ ਦਬਾਅ ਦੇ ਲਾਏ ਦੋਸ਼ਾਂ ਬਾਰੇ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ ਔਰ ਵਿਸ਼ੇਸ਼ ਕਰਕੇ ਮੈਂ ਮੀਡੀਆ ਦੇ ਰਾਹੀਂ ਸਮੁੱਚੀ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਇਸ ਸਾਰੀ ਡਿਸਕਸ਼ਨ ਦੀ ਵੀਡੀਓਗ੍ਰਾਫੀ ਅਸੀਂ ਕਰਵਾਈ ਹੋਈ ਹੈ। ਜਿੰਨੇ ਵੀ ਸਵਾਲ ਜਵਾਬ ਹੋਏ ਨੇ ਉਹ ਵੀਡੀਓਗ੍ਰਾਫੀ ਉਹ ਸਾਡੇ ਕੋਲ ਹੈ। ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਘਰ ਜਾ ਕੇ ਸੁਖਬੀਰ ਸਿੰਘ ਬਾਦਲ ਦੇ ਚੱਲਦੇ ਮਸਲੇ 'ਤੇ ਰਾਜਨੀਤਿਕ ਫੈਸਲਾ ਨਾ ਕਰਨ ਲਈ ਧਮਕੀਆਂ। ਸਭ ਨੂੰ ਪਤਾ ਹੈ ਕਿ ਪਿਛਲੇ ਤਕਰੀਬਨ 10 ਦਿਨ ਪਹਿਲਾਂ ਮੈਨੂੰ ਬਿਮਾਰ ਹੋਇਆ, ਬੁਖਾਰ ਹੋਇਆ, ਇਨਫੈਕਸ਼ਨ ਹੋਈ, ਹਸਪਤਾਲ 'ਚ ਮੈਂ ਦਾਖਲ ਵੀ ਰਿਹਾ ਔਰ ਮੇਰੀ ਖਬਰ ਲੈਣ ਦੇ ਬਹਾਨੇ ਵਿਰਸਾ ਸਿੰਘ ਬਲਟੋਵਾ ਮੇਰੇ ਘਰ ਵਿੱਚ ਆਇਆ। ਜਿੱਥੇ ਹੋਰ ਗੱਲਾਂ ਬਾਤਾਂ ਕੀਤੀਆਂ ਉੱਥੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਕੋਈ ਰਾਜਨੀਤਿਕ ਫੈਸਲਾ ਸੁਖਬੀਰ ਸਿੰਘ ਬਾਦਲ ਦੇ ਉਲਟ ਹੋਇਆ, ਉਹ ਕਹਿ ਰਿਹਾ ਕਿ ਮੈਂ ਨਾਂ ਨਹੀਂ ਲਿਆ, ਜੇਕਰ ਫੈਸਲਾ ਉਲਟ ਹੋਇਆ ਤਾਂ ਕੋਈ ਬੋਲੇ ਨਾ ਬੋਲੇ, ਮੈਂ ਖੰਡਾ ਜ਼ਰੂਰ ਖੜਕਾਵਾਂਗਾ। ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨਾਲ ਹੋਈ ਗੱਲਬਾਤ ਦੀ ਬਿਨਾਂ ਦੱਸੇ ਰਿਕਾਰਡਿੰਗ ਕਰਕੇ ਵਿਸ਼ਵਾਸਘਾਤ ਕਰਨਾ, ਖਬਰ ਲੈਣ ਦੇ ਬਹਾਨੇ ਉਹਨੇ ਆਪਣਾ ਮੋਬਾਈਲ ਰਿਕਾਰਡਿੰਗ ਚਾਲੂ ਕਰਕੇ ਅਤੇ ਜਿਹੜੀ ਗੱਲਬਾਤ ਹੋਈ ਉਹਦੀ ਰਿਕਾਰਡਿੰਗ ਜਿਹੜੀ ਕੀਤੀ ਹੈ, ਇਹ ਇੱਕ ਅਨੈਤਿਕਤਾ ਹੈ ਔਰ ਗੈਰ ਕਾਨੂੰਨੀ ਵੀ ਹੈ ਔਰ ਇੱਕ ਅਪਰਾਧ ਹੈ ਕਿ ਕਿਸੇ ਦੀ ਵੀ ਰਿਕਾਰਡਿੰਗ ਉਹਨੂੰ ਬਿਨਾਂ ਦੱਸੇ ਕਰਨਾ, ਇਹ ਜਿਹੜਾ ਬਿਲਕੁਲ ਸ਼ੋਭਾ ਵੀ ਨਹੀਂ ਦਿੰਦਾ ਔਰ ਉਹਨੇ ਇਹ ਵਿਸ਼ਵਾਸਘਾਤ ਕੀਤਾ। ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ 'ਤੇ ਮੀਡੀਆ ਵਿੱਚ ਜਥੇਦਾਰ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨਾ, ਜਥੇਦਾਰ ਸਾਹਿਬਾਨ ਦੀਆਂ ਵਿਦੇਸ਼ ਵਿੱਚ ਜਾਇਦਾਦਾਂ ਸੰਬੰਧੀ ਦਿੱਤੇ ਝੂਠੇ ਬਿਆਨ ਸੰਬੰਧੀ ਕੋਈ ਪੁਖਤਾ ਸਬੂਤ ਪੇਸ਼ ਕਰਨ ਦੀ ਬਜਾਏ ਝੂਠੀਆਂ ਅਤੇ ਬੇਬੁਨਿਆਦ ਗੱਲਾਂ ਕਰਕੇ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨਾ, ਸਿੱਖ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਦਮਦਮਾ ਸਾਹਿਬ ਵਿਖੇ BJP RSS ਵੱਲੋਂ ਦਬਾਅ ਪਾ ਕੇ ਸੁਖਬੀਰ ਸਿੰਘ ਬਾਦਲ ਨੂੰ ਅਹੁਦੇ ਤੋਂ ਹਟਾਉਣ ਸੰਬੰਧੀ ਵਾਰਤਾਲਾਪ ਦੇ ਦਾਅਵੇ ਸਨ, ਉਹ ਵੀ ਉਹਦੇ ਸਾਰੇ ਝੂਠੇ ਨਿਕਲੇ ਔਰ ਜਿਹੜੇ ਉਸ ਵਕਤ ਦੇ ਗਵਾਹ ਕੋਲ ਬੈਠੇ ਉਹਨੇ ਦੱਸੇ ਨੇ, ਉਹਨਾਂ ਸਾਰਿਆਂ ਨੇ ਸਾਡੇ ਕੋਲ ਮੰਨਿਆ ਕਿ ਇਸ ਵਿਸ਼ੇ 'ਤੇ ਕੋਈ ਵੀ ਜਿਹੜੀ ਗੱਲਬਾਤ ਹੈ, ਐਸਾ ਕੋਈ ਵੀ ਜਿਹੜੀ ਗੱਲ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਨਹੀਂ ਕੀਤੀ, ਉਸ ਦੀ ਰਿਕਾਰਡਿੰਗ ਜਿਹੜੀ ਹੈ ਉਹ ਸਾਡੇ ਕੋਲ ਮੌਜੂਦ ਹੈ। ਬਤੌਰ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਮੀਡੀਆ ਵਿੱਚ ਬਦਜ਼ੁਬਾਨੀ ਕਰਕੇ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਦਾ ਭਾਰੀ ਨੁਕਸਾਨ ਕਰਨਾ, ਇਸ ਨੇ ਲਿਖਤੀ ਰੂਪ ਵਿੱਚ ਆਪਣੀਆਂ ਕੀਤੀਆਂ ਗਲਤੀਆਂ ਦੀ ਮੁਆਫ਼ੀ ਵੀ ਮੰਗੀ ਹੈ। ਜੋ ਇਹ ਪੱਤਰ ਮੁਆਫ਼ੀਨਾਮਾ ਅਖੀਰ 'ਤੇ ਉਹਨੂੰ ਲਿਖਿਆ, ਇਸ ਦੀ ਇੱਕ ਕਾਪੀ ਜਿਹੜੀ ਹੈ ਉਹ ਸਾਰੀ ਪ੍ਰੈਸ ਨੂੰ ਵੰਡ ਦਿੱਤੀ ਜਾਵੇਗੀ। ਇਸ ਨੇ ਲਿਖਤੀ ਰੂਪ ਵਿੱਚ ਆਪਣੀਆਂ ਕੀਤੀਆਂ ਗਲਤੀਆਂ ਦੀ ਮੁਆਫ਼ੀ ਮੰਗੀ ਹੈ ਪਰ ਇਸ ਦੀ ਮੀਡੀਆ ਵਿੱਚ ਕੀਤੀ ਬਿਆਨਬਾਜ਼ੀ ਨਾਲ ਤਖ਼ਤ ਸਾਹਿਬਾਨ ਦੀ ਮਾਨ ਮਰਿਆਦਾ ਨੂੰ ਘਾਟ ਲੱਗੀ ਹੈ, ਇਸ ਲਈ ਹੋਰ ਸਖ਼ਤ ਕਾਰਵਾਈ ਨਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ 24 ਘੰਟਿਆਂ ਦੇ ਅੰਦਰ ਅੰਦਰ ਇਸ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ 10 ਸਾਲ ਲਈ ਇਸ ਦੇ ਦੁਬਾਰਾ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਰੋਕ ਲਗਾਈ ਜਾਵੇ। ਜੇ ਫਿਰ ਵੀ ਇਹ ਬਾਜ਼ ਨਾ ਆਇਆ ਤਾਂ ਇਸ ਖਿਲਾਫ਼ ਹੋਰ ਸਖ਼ਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਗੱਲਬਾਤ ਜੋ ਉਹਨੇ ਇਲਜ਼ਾਮ ਰਾਸ਼ੀ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਕੀਤੀ ਹੈ ਉਹਦੇ ਬਾਰੇ ਮੈਂ ਸਿੰਘ ਸਾਹਿਬ ਕਹਿਣਾ ਕਿ ਉਹ ਮੀਡੀਆ ਦੇ ਨਾਲ ਗੱਲਬਾਤ ਸਾਂਝੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਚਲੋ ਪੁੱਛਿਆ ਵੀ ਮੇਰੇ ਖਿਲਾਫ਼ ਤੇਰੇ ਕੋਲੇ ਕੀ ਜਿਹੜੇ ਸਬੂਤ ਹੈ,
ਤੇ ਉਹਨੇ ਤਸਦੀ ਮੈਨੂੰ ਕਰ ਦਿੱਤਾ ਹੈ ਤੇ ਨਾਲ ਇੱਕ ਪੈਨ ਡਰਾਈਵ ਦਿੱਤੀ ਹੈ ਜਿਹਦੀ ਜਿਹੜੀ ਹੈ ਸਾਰੀ ਉਹ ਤੁਹਾਨੂੰ ਭੇਜ ਵੈਸੇ ਤੁਹਾਡੇ ਕੋਲ ਹੈਗੀ ਹੈ ਇਹ ਪਰ ਫਿਰ ਵੀ ਤੁਹਾਨੂੰ ਭੇਜ ਦਿੱਤੀ ਜਾਊਗੀ ਉਹ ਲਿਖਦਾ ਨੰਬਰ ਇੱਕ ਕਹਿੰਦਾ ਗਿਆਨੀ ਹਰਪ੍ਰੀਤ ਸਿੰਘ ਦਿੱਲੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜਿਹੜੇ ਉਸ ਵੇਲੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਹੋਏ ਨੇ ਉਹਨਾਂ ਦੀ ਰਿਹਾਇਸ਼ ਤੇ ਬੈਠੇ ਸੀ 19 ਮਾਰਚ 2023 ਨੂੰ ਤੇ ਉਹਨਾਂ ਦੀ ਰਿਹਾਇਸ਼ ਦੇ ਉੱਤੇ ਸ੍ਰੀ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਦੇ ਨਿੱਜੀ ਘਰ ਦੇ ਵਿੱਚ ਉਹਨਾਂ ਨੂੰ ਮਨਜਿੰਦਰ ਸਿੰਘ ਸਿਰਸਾ ਜਿਹੜਾ ਬੀਜੇਪੀ ਆਗੂ ਆ ਉਹ ਮਿਲਣ ਆਇਆ ਇਹ ਤੁਹਾਡਾ ਗੁਨਾਹ ਹੈ ਤੇ ਉਹਦੀ ਉਹਨੇ ਸੀਸੀਟੀਵੀ ਜਿਹੜੀ ਬਾਹਰ ਕੋਈ ਕੈਮਰਾ ਲੱਗਿਆ ਹੈਗਾ ਉਹਦੀ ਫੁਟੇਜ ਜਿਹੜੀ ਹੈ ਇਸ ਦੇ ਵਿੱਚ ਪਾ ਕੇ ਦਿੱਤੀ ਹੈ ਵੀ ਆਹ ਦੇਖੋ ਵੀ ਤੁਸੀਂ ਭਾਈ ਰਣਜੀਤ ਸਿੰਘ ਦੀ ਨਿੱਜੀ ਰਿਹਾਇਸ਼ ਤੇ ਜਾ ਰਹੇ ਹੋ ਤੇ ਅੱਧੇ ਘੰਟੇ ਬਾਅਦ ਮਨਜਿੰਦਰ ਸਿੰਘ ਸਿਰਸਾ ਉੱਥੇ ਆਇਆ ਸਿਰਸਾ ਕੋਈ ਪੰਜ ਚੋ ਛੇਕਿਆ ਨਹੀਂ ਹੈ ਕੋਈ ਉਹ ਤਨਖਾਹੀਆਂ ਨਹੀਂ ਹੈ ਤੇ ਉਹਨੂੰ ਮਿਲਣਾ ਗੁਣਾ ਕਿਵੇਂ ਹੋ ਗਿਆ ਦੂਜਾ ਉਹਨੇ ਇੱਕ ਵੀਡੀਓ ਇਹਦੇ ਵਿੱਚ ਪਾਈ ਹੈ ਜਿਹੜੀ ਮੈਂ ਪ੍ਰੈਸ ਨੂੰ ਜਦੋਂ ਮੈਨੂੰ ਅੱਧੇ ਤੋਂ ਜਿਹੜਾ ਉਹ ਸੇਵਾ ਮੁਕਤ ਕੀਤਾ ਸੀ ਇੱਥੇ ਅਸੀਂ ਬੈਠੇ ਸੀ ਤੇ ਮੇਰੇ ਨਾਲ ਭਾਈ ਰਣਜੀਤ ਸਿੰਘ ਬੈਠੇ ਸੀ ਦਿੱਲੀ ਦੇ ਹੈੱਡ ਗ੍ਰੰਥੀ ਤੇ ਮੈਂ ਉਹਨਾਂ ਨੂੰ ਕਿਹਾ ਸਿੰਘ ਸਾਹਿਬ ਆ ਜਾਓ ਕਿਉਂ ਦੂਰ ਹੁੰਦੇ ਹੋ ਦਿੱਲੀ ਦਾ ਤਾਂ ਸਾਡੀ ਯਾਰੀ ਹੈ ਅੱਜ ਅਮਰੀਕਾ ਦੇ ਇੱਕ ਪਰਿਵਾਰ ਦਾ ਪਾਠ ਦਾ ਭੋਗ ਸੀ ਸੋਢੀ ਸਾਹਿਬ ਤੇ ਮੈਂ ਉਹਨਾਂ ਨੂੰ ਕਹਿੰਦਾ ਅਮਰੀਕਾ ਵਾਲਿਆਂ ਨਾਲ ਜਾਰੀ ਹੈ ਤੇ ਇਹਦਾ ਮਤਲਬ ਇਹ ਥੋੜ੍ਹੀ ਮੇਰੀ ਜੋ ਬਾਈਡਨ ਨਾਲ ਜਾਰੀ ਹੈ ਤੁਹਾਡੇ ਚੋਂ ਕੋਈ ਗੁਜਰਾਤ ਆ ਤੇ ਮੇਰੇ ਨਾਲ ਲਿਆ ਜਾ ਮੈਂ ਕਹਿੰਦਾ ਗੁਜਰਾਤੀਆਂ ਨਾਲ ਤਾਂ ਮੇਰੀ ਲਿਆ ਜਾ ਆ ਜਾਓ ਤੇ ਇਹਦਾ ਮਤਲਬ ਇਹ ਥੋੜ੍ਹੀ ਆ ਗੁਜਰਾਤ ਦੇ ਮੁੱਖ ਮੰਤਰੀ ਨਾਲ ਮੇਰੀ ਜਾਰੀ ਹੈ ਉਹ ਇਹਦੇ ਪੈਨ ਡਰਾਈਵ ਦੇ ਵਿੱਚ ਉਹ ਜਿਹੜੀ ਮੀਡੀਆ ਨਾਲ ਗੱਲਬਾਤ ਹੋਈ ਤੁਹਾਡੇ ਕੋਲ ਹੈਗੀ ਆ ਉਹਦੀ ਇੱਕ ਫੁਟੇਜ ਪਾਈ ਹੈ ਨੰਬਰ 2 ਤੀਜਾ ਉਹ ਕਹਿੰਦਾ ਹੈ ਕਿ ਨਿਊਜ਼ 18 ਪੰਜਾਬ ਦੇ ਬੁਲੇਟਿਨ ਤੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਕਿਰਦਾਰ ਬਾਰੇ ਇੱਕ ਚਿੱਠੀ ਲਿਖੀ ਬੀਬੀ ਕਮਲਜੀਤ ਕੌਰ ਰਾਜੋਆਣਾ ਵੱਲੋਂ ਇਹ ਚਿੱਠੀ ਜਿਹੜੀ ਆ ਫੇਸਬੁੱਕ ਤੇ ਪਾਈ ਗਈ ਉਹਨੇ ਫੇਸਬੁੱਕ ਤੇ ਪਾਈ ਹੈ ਤੇ ਜਨਤਕ ਜੀ ਉਹ ਤੁਸੀਂ ਪੜ੍ਹ ਸਕਦੇ ਹੋ ਕੀ ਉਹਦੇ 'ਚ ਲਿਖਿਆ ਹੈ ਤੀਜਾ ਉਹਨੇ ਮੇਰੇ ਤੇ ਦੋਸ਼ ਲਾਇਆ ਕਹਿੰਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗਿਆਨੀ ਹਰਪ੍ਰੀਤ ਸਿੰਘ ਨੂੰ 13 ਫਰਵਰੀ 2022 ਨੂੰ ਇੱਥੇ ਆਉਂਦੇ ਆ ਉਹਨਾਂ ਦੀ ਬੰਦ ਕਮਰਾ ਮੀਟਿੰਗ ਹੁੰਦੀ ਹੈ ਤੇ ਉਹਦੀਆਂ ਫੋਟੋਆਂ ਜਿਹੜੀਆਂ ਵਾਇਰਲ ਹੋਈਆਂ ਉਹ ਸਾਰਿਆਂ ਨੂੰ ਪਤਾ ਵਾਇਰਲ ਹੋਈਆਂ ਅਗਲੇ ਦਿਨ ਮੈਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਵੀ ਸੀ ਮੀਡੀਆ ਨੂੰ ਕਿ ਸਾਡੀ ਕੀ ਕੀ ਗੱਲਬਾਤ ਹੋਈ ਆ ਉਹ ਫੋਟੋ ਆਈਆਂ ਉਹਨੇ ਇਸ ਪੈਨ ਡਰਾਈਵ ਦੇ ਵਿੱਚ ਇਸ ਜਗ੍ਹਾ ਦੀਆਂ ਇਹ ਭਾਰਤ ਦਾ ਗ੍ਰਹਿ ਮੰਤਰੀ ਬੈਠਾ ਤੇ ਮੈਂ ਬੈਠਿਆ ਇਸ ਜਗ੍ਹਾ ਤੇ ਅਕਾਲ ਤਖ਼ਤ ਸਾਹਿਬ ਤੇ ਜਦੋਂ ਮੈਨੂੰ ਮਿਲਣਾ ਹੈ ਤੀਜਾ ਉਹ ਕਹਿੰਦਾ ਗਿਆਨੀ ਹਰਪ੍ਰੀਤ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦੀ ਸਹਿਮਤੀ ਜਿਹੜਾ ਮੈਂ ਬਾਹਰ ਮੀਡੀਆ ਨੂੰ ਇੱਕ ਵਾਰੀ ਸੰਬੋਧਨ ਕਰਕੇ ਕਿਹਾ ਸੀ ਮੀਡੀਆ ਨੇ ਮੁੱਝ ਪੁੱਛਿਆ ਕਿ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਬਣਨਾ ਤੇ ਮੈਂ ਕਿਹਾ ਸੀ ਕਿ ਮੈਂ ਧੜਿਆਂ ਦੇ ਪ੍ਰਧਾਨ ਨਹੀਂ ਬਣਨਾ ਜੇ ਸਾਰਾ ਅਕਾਲੀ ਦਲ ਸਹਿਮਤ ਹੋਊਗਾ ਤੇ ਸੋਚ ਸਕਦੇ ਹਾਂ ਉਹਦੀ ਵੀਡੀਓ ਕਲਿੱਪ ਪਾਈ ਹੈ ਉਹਨੇ ਪੈਨ ਡਰਾਈਵ ਦੇ ਵਿੱਚ ਉਹ ਤੁਹਾਡੇ ਮੀਡੀਆ ਕੋਲ ਹੀ ਹੈ ਚੌਥਾ ਮੇਰੇ ਤੇ ਦੋਸ਼ ਲਾਉਂਦਾ ਹੈ ਕਹਿੰਦਾ ਪਰਮਿੰਦਰ ਸਿੰਘ ਢੀਂਡਸਾ ਦਾ 26 ਜੂਨ 2024 ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਸੰਬੰਧੀ ਵੀਡੀਓ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਵਾਂਗੇ ਅਕਾਲੀ ਦਲ ਦਾ ਕੋਈ ਵੀ ਕਹਿ ਸਕਦਾ ਹੋ ਸਕਦਾ ਕੋਈ ਮੈਨੂੰ ਕਹਿੰਦੇ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ ਤੇ ਮੈਂ ਕਿਹੜਾ ਉਹਦੀ ਜਵਾਨ ਫੜ ਲੈਣੀ ਹੈ ਜੇ ਕੋਈ ਮੈਨੂੰ ਕਹਿ ਦੇ ਵੀ ਤੀਜਾ ਉਹ ਲਿਖਦਾ ਹੈ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ ਪ੍ਰੋਫੈਸਰ ਚੰਦੂ ਮਾਦਰੇ ਦਾ ਬਿਆਨ ਉਹ ਵੀ ਵਿੱਚ ਪਾਇਆ ਵੀ ਚੰਦੂ ਮਾਦਰੇ ਨੇ ਬਿਆਨ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਵਾਂਗੇ ਬਣਾਏ ਯਾਰ ਮੈਂ ਕਿਹੜਾ ਬਣਨ ਲੱਗਿਆ ਕੋਈ ਪ੍ਰਧਾਨ ਮੰਤਰੀ ਮੈਨੂੰ ਬਣਾ ਦੇ ਗੱਲਾਂ 'ਚ ਕੋਈ ਮੈਨੂੰ ਰਾਸ਼ਟਰਪਤੀ ਬਣਾ ਦੇ ਕੋਈ ਮੈਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾ ਦੇ ਮੈਨੂੰ ਕੀ ਹੈ ਕਹੀ ਜਾਵੇ ਕੋਈ ਚੌਥਾ ਉਹ ਕਹਿੰਦਾ ਹੈਗਾ ਕਿ ਜਥੇਦਾਰਾਂ ਸੰਬੰਧੀ ਸਾਂਝਾ ਨੈਲ ਸਿੰਘ ਭੇੜਾ ਵਾਲਿਆਂ ਜੀ ਨੇ ਇੱਕ 1983 ਦੇ ਵਿੱਚ ਭਾਸ਼ਣ ਦੀ ਵੀਡੀਓ ਜਾਰੀ ਕੀਤੀ ਮੈਨੂੰ ਨਹੀਂ ਪਤਾ ਉਹ ਵੀਡੀਓ 'ਚ ਕੀ ਹੈ ਉਹ ਇਹਦੇ 'ਚ ਪਾਈ ਹੈ ਇਹਦੇ 'ਚ ਜਿਹਦੇ 'ਚ ਉਹਨਾਂ ਨੇ ਕੋਈ ਜਥੇਦਾਰਾਂ ਵਾਲੇ ਕਿਹਾ ਮਤਲਬ ਉਹਨੇ ਆਪਣੀ ਗੱਲ ਨੂੰ ਜਿਹੜਾ ਉਹ ਇਹ ਸਾਬਤ ਕਰਨ ਦਾ ਕਿ ਜੇ ਸੰਤ ਜੀ ਜਿਹੜੇ ਨੇ ਬੜੇ ਸਤਿਕਾਰਯੋਗ ਨੇ ਉਹ ਜਥੇਦਾਰਾਂ ਬਾਰੇ ਕੋਈ ਗੱਲ ਕਹਿ ਸਕਦੇ ਆ ਤੇ ਮੈਂ ਵੀ ਜਥੇਦਾਰਾਂ ਉੱਤੇ ਇਲਜ਼ਾਮ ਤਰਾਸ਼ੀ ਕਰ ਸਕਦਾ ਇਹ ਉਹਨੇ ਸੰਤਾਂ ਦੇ ਇੱਕ ਕੋਈ ਕਲਿੱਪ ਪਾਇਆ ਹੈਗਾ